ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰੇਓ ਕਿਦਾਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਸੋ ਕਰਦੇ ਆਂ ਗੱਲਬਾਤ ਜੇ ਮੈਂ ਕਿ ਤੁਹਾਨੂੰ ਪਤਾ ਕਿ ਆਪਾਂ ਸਿੱਖ ਰਾਜ ਨਾਲ ਜੁੜੀਆਂ ਹੋਈਆਂ ਦਿਲਚਸਪ ਗੱਲਾਂ ਆਪਾਂ ਤੁਹਾਡੀ ਨਜ਼ਰ ਕਰਦੇ ਆਂ ਤੇ ਅੱਜ ਦੀ ਵੀਡੀਓ ਜਿਹੜੀ ਇਹ ਵੀ ਬੜੀ ਹੀ ਰੋਚਕ ਦਿਲਚਸਪ ਅਤੇ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰੂਗੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਗੱਲ ਕੀਤੀ ਸੀਗੀ ਸ਼ੇਰੇ ਪੰਜਾਬ ਦੇ ਸਮੇਂ ਯਾਨੀ ਕਿ ਸਿੱਖ ਰਾਜ ਸਮੇਂ ਇਨਸਾਫ ਦਾ ਪ੍ਰਬੰਧ ਕਿਦਾਂ ਸੀ ਨਿਆ ਪ੍ਰਬੰਧ ਮਤਲਬ ਕਿ ਕਿਵੇਂ ਅਦਾਲਤਾਂ ਲੱਗਦੀਆਂ ਸੀ ਹਨਾ ਤੇ ਕਿਦਾਂ ਦਾ ਇਨਸਾਫ ਸੀਗਾ ਸੋ ਅੱਜ ਆਪਾਂ ਨੇ ਗੱਲ ਕਰਨੀ ਹੈ ਪੰਚਾਇਤੀ ਅਦਾਲਤਾਂ ਬਾਰੇ ਜਿਹੜੀਆਂ ਪੰਚਾਇਤਾਂ ਮਤਲਬ ਕਿ ਕਿਵੇਂ ਫੈਸਲੇ ਕਰਿਆ ਕਰਦੀਆਂ ਸਨ ਉਹਨਾਂ ਦੇ ਬਾਰੇ ਸੋ ਮੈਂ ਇੱਕ ਬੇਨਤੀ ਕਰੂੰਗਾ ਕਿ ਜਿਨ੍ਹਾਂ ਵੀਰਾਂ ਨੇ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹ ਜ਼ਰੂਰ ਕਰ ਲੈਣ ਤੇ ਬੈੱਲ ਵਾਲਾ ਬਟਨ ਵੀ ਦਬਾ ਲੈਣ ਅਤੇ ਜੇ ਵੀਡੀਓ ਵਧੀਆ ਲੱਗਦੀਆਂ ਹੋਣੀਆਂ ਤਾਂ ਇਹਨੂੰ ਲਾਈਕ ਜ਼ਰੂਰ ਕਰਿਆ ਕਰੋ ਅਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਕਿ ਆਪਣਾ ਇਹ ਮਾਨਮਤਾ ਇਤਿਹਾਸ ਆਪਾਂ ਵੱਧ ਤੋਂ ਵੱਧ ਕਹਿ ਲਈਏ ਸੁਣਾ ਸਕੀਏ ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਅਸੀਂ ਕਹਿ ਲਈਏ ਕਿ ਜੋ ਸਾਡਾ ਸਿੱਖ ਰਾਜ ਸੀਗਾ ਤੇ ਅੱਜ ਦਾ ਰਾਜ ਕਿਵੇਂ ਦਾ ਹੈ ਸਾਨੂੰ ਇਹ ਫਰਕ ਪਤਾ ਹੋਣਾ ਚਾਹੀਦਾ ਏ ਕਿ ਉਸ ਰਾਜ ਦੇ ਵਿੱਚ ਕੀ ਕੁਝ ਹੁੰਦਾ ਸੀਗਾ ਕੱਲੀ-ਕੱਲੀ ਗੱਲ ਦੀ ਸਾਨੂੰ ਖਬਰ ਰਹਿਣੀ ਚਾਹੀਦੀ ਸੋ ਇਸ ਕਰਕੇ ਆਪਾਂ ਇਹ ਉਪਰਾਲਾ ਸ਼ੁਰੂ ਕੀਤਾ ਹੈ ਤੇ ਸ਼ੇਅਰ ਕਰਿਆ ਕਰੋ ਜਰੂਰ ਬੇਨਤੀ ਆ ਤੇ ਅੱਜ ਦੀ ਵੀਡੀਓ ਬਣਾਉਨੇ ਆਪਾਂ ਪੰਚਾਇਤੀ ਅਦਾਲਤਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀਡੀਓ ਤੇ ਬਣੇ ਰਹਿਣਾ ਸੋ ਕਰਦੇ ਆਂ ਸ਼ੁਰੂ ਕਹਿੰਦੇ ਵੀ ਉਸ ਸਮੇਂ ਸ਼ੇਰੇ ਪੰਜਾਬ ਦੇ ਸਮੇਂ ਪੰਚਾਇਤੀ ਅਦਾਲਤਾਂ ਦੇ ਹਾਲ ਸੀ ਜਿਹੜੇ ਪਿੰਡਾਂ ਦੇ ਛੋਟੇ-ਛੋਟੇ ਝਗੜੇ ਸਨ ਜਿਹੜੇ ਉਹ ਪੰਚਾਇਤਾਂ ਦੇ ਰਾਹੀਂ ਨਜਿੱਠੇ ਜਾਂਦੇ ਸਨ ਦੋਵੇਂ ਤਰ੍ਹਾਂ ਸਾਲ ਸਮਿਥ ਕੇ ਫੈਸਲਾ ਕਰਾ ਲੈਂਦੀਆਂ ਸਨ ਇਹ ਢੰਗ ਆਮ ਜਨਤਾ ਲਈ ਬੜਾ ਹੀ ਸਸਤਾ ਅਤੇ ਬਿਨਾਂ ਖੇਚਲ ਦਾ ਸੀ ਪਿੰਡ ਦੀ ਕੋਈ ਵੀ ਘਟਨਾ ਇਹੋ ਜਿਹੀ ਨਹੀਂ ਸੀ ਹੁੰਦੀ ਜਿਹਦੀ ਅਸਲੀਅਤ ਉੱਥੋਂ ਦੇ ਸਰਪੰਚ ਨੂੰ ਮੁਖੀ ਨੂੰ ਨਾ ਪਤਾ ਹੋਵੇ ਇਸ ਲਈ ਕੋਈ ਝਗੜਾ ਲੰਮਾ ਨਹੀਂ ਸੀ ਹੁੰਦਾ ਬਹੁਤੇ ਝਗੜੇ ਪਹਿਲੀ ਪੇਚੀ ਉੱਤੇ ਹੀ ਨਿਬੜ ਜਾਂਦੇ ਸਨ ਪਰ ਜੇ ਕੋਈ ਮਾਮਲਾ ਗੁੰਝਲਦਾਰ ਬਣ ਵੀ ਜਾਂਦਾ ਤਾਂ ਉਹਦੇ ਫੈਸਲੇ ਲਈ ਸਾਲ ਸਚਉਣ ਲਿਆ ਜਾਂਦਾ ਸੀ ਉਹ ਵੀ ਤੰਦਾ ਉਸੇ ਦਿਨ ਨਿਬੇੜ ਦਿੰਦਾ ਸੀ ਸੋ ਆਮ ਜਨਤਾ ਲਈ ਇਹ ਤਰੀਕਾ ਬੜਾ ਸੁਖਦਾਈ ਅਤੇ ਸਸਤਾ ਸੀ ਖਾਲਸੇ ਰਾਜ ਦੀਆਂ ਇਹਨਾਂ ਅਦਾਲਤਾਂ ਦੀ ਵਰਤੋਂ ਦੇਖ ਕੇ ਉਸ ਸਮੇਂ ਦੀਆਂ ਵੱਡੀਆਂ-ਵੱਡੀਆਂ ਚਤਰ ਤੇ ਸੁਜਾਨ ਹਸਤੀਆਂ ਇਹਨਾਂ ਨੇ ਆਪਣੀ ਜੋ ਬੜੀ ਉੱਚੀ رائے ਪ੍ਰਗਟ ਕੀਤੀ ਸੀ ਉਸ ਸਮੇਂ ਇਹਨਾਂ ਦੇ ਵਿੱਚੋਂ ਇੱਕ ਸਰ ਜੋਹਨ ਮੈਲਕਮ ਜੋ ਕਿ ਇਤਿਹਾਸਕਾਰ ਵੀ ਸੀਗਾ ਅਤੇ ਪੋਲਿਟੀਕਲ ਖੇਤਰ ਦਾ ਬੜਾ ਉੱਚਾ ਮਾਹਰ ਮੰਨਿਆ ਗਿਆ ਸੋ ਉਹ ਉਹਨੇ ਕਈ ਪ੍ਰਸਿੱਧ ਪੁਸਤਕਾਂ ਵੀ ਲਿਖੀਆਂ ਜਿਵੇਂ ਕਿ ਸਕੈਚ ਆਫ 6 ਇਹਦੇ ਵਿੱਚ ਬਹੁਤ ਵਧੀਆ ਇਤਿਹਾਸ ਲਿਖਿਆ ਆਪਣਾ ਸੋ ਇਹ ਤਿੰਨ ਵਾਰ ਈਰਾਨ ਦੇ ਵਿੱਚ ਅੰਗਰੇਜ਼ੀ سفੀਰ ਰਿਹਾ ਅਤੇ ਫਿਰ ਇਹ ਬੰਬਈ ਦਾ ਗਵਰਨਰ ਵੀ ਬਣਿਆ ਉਸ ਸਮੇਂ ਸੋ ਉਹਨੇ ਖਾਲਸੇ ਰਾਜ ਦਾ ਮੁਲਕੀ ਪ੍ਰਬੰਧ ਅਤੇ ਨਿਆ ਪ੍ਰਣਾਲੀ ਅੱਖੀਂ ਵੇਖ ਕੇ ਆਪਣੀ ਬੁੱਕ 'ਚ ਉਹਨੇ ਲਿਖਿਆ ਉਹ ਕਹਿੰਦਾ ਵੀ ਖਾਲਸੇ ਰਾਜ ਵਿੱਚ ਆਮ ਝਗੜੇ ਪੰਚਾਇਤਾਂ ਦੇ ਰਾਹੀਂ ਫੈਸਲੇ ਕਰਕੇ ਨਿਪਟਾਏ ਜਾਂਦੇ ਨੇ ਖਾਸ ਖਾਸ ਦਿਨ ਇਹਨਾਂ ਪੰਜਾਂ ਜੱਜਾਂ ਦਾ ਇਕੱਠ ਸੀ ਇਕੱਠ ਹੁੰਦਾ ਸੀ ਇਹ ਪੰਜ ਮੁਲਕ ਦੇ ਰਿਵਾਜ ਮਰਿਆਦਾ ਅਤੇ ਪ੍ਰਚਲਿਤ ਰਸਮਾਂ ਦੇ ਅਨੁਸਾਰ ਮਾਮਲੇ ਮਕਾਉਂਦੇ ਸਨ ਆਪਣੇ ਜਿਨ੍ਹਾਂ ਉੱਤੇ ਇੱਥੇ ਦੀ ਜਨਤਾ ਬੜਾ ਹੀ ਭਰੋਸਾ ਰੱਖਦੀ ਸੀ ਸੋ ਇਹਨਾਂ ਫੈਸਲਿਆਂ ਨੂੰ ਦੋਵੇਂ ਧਿਰਾਂ ਬੜੇ ਸਤਕਾਰ ਦੀ ਨਜ਼ਰ ਨਾਲ ਦੇਖਦੀਆਂ ਸਨ ਸੋ ਸੋ ਖਾਲਸਾ ਰਾਜ ਦੇ ਇਹ ਸੁਚੱਜੇ ਅਤੇ ਸਸਤੇ ਅਦਾਲਤੀ ਢੰਗ ਨੂੰ ਦਿਖਾ ਕੇ ਉਹ ਬੜੇ ਜ਼ੋਰ ਨਾਲ ਇਸ ਪੰਚਾਇਤੀ ਤਰੀਕੇ ਨੂੰ ਅੰਗਰੇਜ਼ੀ ਹਿੰਦ ਵਿੱਚ ਚਾਲੂ ਕਰਨ ਦੀ ਸਪਾਰਸ਼ ਵੀ ਕਰਦਾ ਸੀ ਜੌਨ ਮੈਲਕਮ ਅੱਗੇ ਜਾ ਕੇ ਇੱਕ ਥਾਂ ਉਹ ਹੋਰ ਲਿਖਦਾ ਇਹੀ ਲੇਖਕ ਕਹ ਲੀਏ ਭਈ ਉਹ ਕਹਿੰਦਾ ਕਿ ਮੈਨੂੰ ਇੱਕ ਸਿੱਖ ਬਾਬੇ ਸਹਿਬਜਾਦੇ ਨੇ ਸਿੱਖ ਨਿਆਂ ਦੇ ਸਤਕਾਰ ਤੇ ਸ੍ਰੇਸ਼ਟਤਾਈ ਬਾਰੇ ਦੱਸਿਆ ਕਿ ਇੱਥੋਂ ਦਾ ਨਿਆਂ ਅੰਗਰੇਜ਼ਾਂ ਦੇ ਅਦਾਲਤੀ ਤਰੀਕੇ ਨਾਲੋਂ ਕਿਤੇ ਉੱਚਾ ਕਿਉਂਕਿ ਅੰਗਰੇਜ਼ ਨਿਆ ਬੜਾ ਖਰਚੀਲਾ ਤੇ ਖੇਚਲ ਵਾਲਾ ਹੈ ਜਿਹਨੂੰ ਕੇਵਲ ਸਿਆਣੇ ਅਤੇ ਝਗੜਾਲੂ ਲੋਕ ਹੀ ਲਾਭ ਪ੍ਰਾਪਤ ਕਰ ਸਕਦੇ ਉਹਦੇ ਤੋਂ ਜਿਹੜਾ ਅੰਗਰੇਜ਼ੀ ਅਦਾਲਤਾਂ ਵਿੱਚ ਇਨਸਾਫ ਹੁੰਦਾ ਸੀ ਜਿਹੜਾ ਉਠੰਗ ਸੀ ਸੋ ਉਪਰੋਕਤ ਰਾਏ ਦੇ ਨਾਲ ਮੈਲਕਮ ਪੂਰੀ ਸਹਿਮਤੀ ਪ੍ਰਗਟ ਕਰਦਾ ਤੇ ਉਹ ਇੱਕ ਤਾਂ ਹੋਰ ਇਹ ਵਾਅਦਾ ਕਰਦਾ ਕਿ ਇਹ ਢੰਗ ਇੱਥੇ ਦੀ ਜਨਤਾ ਦੇ ਸਭਾਵਾਂ ਦੇ ਅਨੁਕੂਲ ਸੋ ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਪ੍ਰਸਿੱਧ ਇਤਿਹਾਸਕਾਰ ਕੈਪਟਨ ਕਨਿੰਗਮ ਖਾਲਸਾ ਰਾਜ ਦੇ ਵਿੱਚ ਮਾਲੀਏ ਦੀ ਨਰਮੀ ਅਤੇ ਨਿਆਂ ਦੇ ਸਾਦੇ ਅਤੇ ਸਸਤੇ ਢੰਗ ਦੀ ਬੜੀ ਸ਼ਲਾਘਾ ਕਰਦਾ ਉਹਦੀ ਆਪਣੀ ਲਿਖਤ ਵਿੱਚ ਉਹਨੇ ਲਿਖਿਆ ਕਿ ਸਿੱਖ ਰਾ ਦੀ ਪਰਜਾ ਤੋਂ ਬੜਾ ਹਲਕਾ ਮਾਲੀਆ ਲਿਆ ਜਾਂਦਾ ਕੋਈ ਮਕਾਮੀ ਕਰਮਚਾਰੀ ਇਹ ਹਈਆ ਨਹੀਂ ਕਰ ਸਕਦਾ ਕਿ ਉਹ ਪਰਜਾ ਦੇ ਉੱਤੇ ਕਰੜਾਈ ਜਾਂ ਬਦਿੱਕੀ ਕਰ ਸਕੇ ਮਤਲਬ ਕੋਈ ੱੱੱਕਾ ਨਹੀਂ ਸੀ ਹੁੰਦਾ ਉਸ ਸਮੇਂ ਉਸ ਸਮੇਂ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਠੀਕ ਹੈ ਜੀ ਸੋ ਕਹਿੰਦਾ ਜੇ ਕਦੇ ਉਹ ਗਲਤੀ ਕਰ ਵੀ ਲੈਂਦਾ ਕੋਈ ਕਰਮਚਾਰੀ ਐਦਾਂ ਜਾਂ ਕਿਸੇ ਜ਼ਿਮੀਂਦਾਰ ਜਾਂ ਪਰਜਾ ਦੇ ਕਿਸੇ ਬੰਦੇ 'ਤੇ ਕੋਈ ਛੋਟੀ ਜਹੀ ਭੁੱਲ ਵੀ ਕਰ ਬੈਠਦਾ ਤਾਂ ਕਹਿ ਲਈਏ ਵੀ ਸ਼ਿਕਾਇਤ ਹੋਣ ਦੇ ਉੱਤੇ ਤ੍ਰਾਂਤ ਉਹਨੂੰ ਉੱਥੋਂ ਬਦਲ ਦਿੱਤਾ ਜਾਂਦਾ ਬਦਲੀ ਕੀ ਕਰ ਦਿੱਤੀ ਜਾਂਦੀ ਸੀ ਮਤਲਬ ਸੋ ਮਿਸਟਰ ਮੈਸਨ ਪ੍ਰਸਿੱਧ ਸੈਲਾਨੀ ਸਨ 1829 ਨੂੰ ਲਾਹੌਰ ਆਇਆ ਸੀ ਉਹਨੇ ਖਾਲਸਾ ਰਾਜ ਦੇ ਸਾਰੇ ਰੰਗ ਟੰਗ ਆਪਣੇ ਅੱਖਾਂ ਨਾਲ ਦੇਖੇ ਫੌਜੀ ਮੁਲਕੀ ਅਤੇ ਨਵੇਂ ਪ੍ਰਬੰਧ ਦੇਖਣ ਦੇ ਉਪਰੰਤ ਉਹ ਲਿਖਦਾ ਕਿ ਖਾਲਸਾ ਰਾਜ ਦਾ ਮਾਲੀਆ ਬੜਾ ਨਰਮ ਹੈ ਇੱਥੋਂ ਦੇ ਕਰਮਚਾਰੀ ਨਿਆਸ਼ੀਲ ਅਤੇ ਇਹ ਤਰੀਕਾ ਨਾ ਕੇਵਲ ਮੱਧ ਪੰਜਾਬ ਵਿੱਚ ਪ੍ਰਚਲਿਤ ਹੈ ਸਗੋਂ ਇਹ ਨਰਮੀ ਮਲਤਾਨ ਅਤੇ ਡੇਰਾਜਾਤ ਵਿੱਚ ਵੀ ਵਰਤੀ ਜਾਂਦੀ ਹੈ। ਸੋ ਸ਼ੇਰੇ ਪੰਜਾਬ ਦਾ ਕਹਿ ਲਈ ਵੀ ਨਿਆ ਪ੍ਰਬੰਧ ਇੰਨਾ ਉੱਚੇ ਦਰਜੇ ਦਾ ਸੀ ਜਿਹਦੀ ਕੋਈ ਹੱਦ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਤਾਂ ਇੱਕ ਪਾਸੇ ਰਹਿਣ ਦਈਏ ਆਪਾਂ ਉਸ ਤੋਂ ਸਿੱਖੇ ਹੋਏ ਜਿਹੜੇ ਉਹਦੇ ਗਵਰਨਰ ਤੇ ਹਾਕਮ ਸਨ ਉਹ ਵੀ ਬੜੇ ਨਿਆ ਸ਼ੀਲ ਸਨ। ਇਹਦੀ ਇੱਕ ਉਦਾਹਰਨ ਆਪਾਂ ਦੰਨੇ ਤੁਹਾਨੂੰ। ਸੋ ਸਰ ਲੈਪਲ ਗ੍ਰਿਫਨ ਪੰਜਾਬ ਚੀਫਸ ਦੇ ਵਿੱਚ ਉਹ ਲਿਖਦਾ ਕਿ دیਵਾਨ ਸਾਵਣ ਮਲ ਗਵਰਨਰ ਮਲਤਾਨ ਦੇ ਕੋਲ ਇੱਕ ਜ਼ਿਮੀਂਦਾਰ ਫਰਿਆਦੀ ਆਇਆ ਫਰਿਆਦ ਲੈ ਕੇ ਤੇ ਕਹਿ ਲਗਾ ਕਿ ਆਪ ਦੇ ਸਰਦਾਰਾਂ ਵਿੱਚੋਂ ਇੱਕ ਨੇ ਮੇਰਾ ਖੇਤ ਆਪਣੇ ਘੋੜਿਆਂ ਨੂੰ ਚਰਾ ਲਿਆ ਅਤੇ ਮੈਨੂੰ ਕੁਝ ਵੀ ਮੁੱਲ ਨਹੀਂ ਦਿੱਤਾ ਸੋ ਇਹਦੇ ਉੱਪਰ دیਵਾਨ ਨੇ ਆਪਣੇ ਸਾਰੇ ਦਰਬਾਰੀ ਉਹ ਜ਼ਿਮੀਂਦਾਰ ਨੂੰ ਦਿਖਾਏ ਤੇ ਦੱਸੇ ਸੋ ਉਨੇ ਜੋ ਕਹ ਲਈਏ ਜ਼ਿਮੀਦਾਰ ਦੇਖੇ ਉਥੇ ਸਰਦਾਰ ਸਾਬਣਮਲ ਦਾ ਸਾਬਣਮਲ ਦਾ ਵੱਡਾ ਮੁੰਡਾ RAMDAS ਉਹਦਾ ਦੋਸ਼ੀ ਨਿਕਲਿਆ ਜਿਨੇ ਉਹਦਾ ਖੇਤ ਚਰਿਆ ਸੀ ਸੋ ਉਹਨੂੰ ਦੀਵਾਨ ਨੇ ਉਸੇ ਵੇਲੇ ਕੈਦ ਦੀ ਸਜ਼ਾ ਦਿੱਤੀ ਆਪਣੇ ਪੁੱਤਰ ਨੂੰ ਜਦ ਜ਼ਿਮੀਦਾਰ ਨੂੰ ਪਤਾ ਲੱਗਿਆ ਕਿ ਇਹ ਦੀਵਾਨ ਸਾਬਣਮਲ ਦਾ ਪੁੱਤਰ ਸੀ ਤਾਂ ਉਹ ਫੇਰ ਦੀਵਾਨ ਕੋਲ ਆਇਆ ਤੇ ਉਸ ਨੂੰ ਮਾਫ਼ ਕਰਾਉਣਾ ਚਾਹਿਆ ਉਹਨੇ ਕਿ ਤੁਹਾਡਾ ਪੁੱਤਰ ਹੈ ਕੋਈ ਗੱਲ ਨਹੀਂ ਤੇ ਪਰ ਦੀਵਾਨ ਨੇ ਉਹਦੀ ਗੱਲ ਨਾ ਮੰਨੀ ਤੇ ਕਹਿਣ ਲੱਗਾ ਕਿ ਅਪਰਾਧ ਕਰਨ ਤੇ ਜਦ ਮੈਂ ਆਪਣੇ ਪੁੱਤਰ ਨੂੰ ਦੰਡ ਨਾ ਦਵਾਂ ਤਾਂ ਮੈਨੂੰ ਹੋਰ ਕਿਸੇ ਨੂੰ ਸਜ਼ਾ ਦੇਣ ਦਾ ਵੀ ਕੋਈ ਹੱਕ ਨਹੀਂ ਕੀ ਹੱਕ ਹੈ ਸੋ ਇਹ ਕੈਦ RAMDAT ਨੂੰ ਭੁਗਤਣੀ ਪਈ ਆਪਣੇ ਪੁੱਤਰ ਨੂੰ ਵੀ ਉਹਨੇ ਕੈਰ ਵਿੱਚ ਸੁਟਿਆ ਸੋ ਇਹ ਉਦਾਹਰਨਾਂ ਬੜੀਆਂ ਕਹਿ ਲਈਏ ਵੀ ਉੱਚੇ ਦਰਜੇ ਦੀਆਂ ਉਸ ਸਮੇਂ ਦੀਆਂ ਕਿਉਂਕਿ ਅੱਜ ਦਾ ਸਮਾਂ ਦੇਖ ਲੋ ਅੱਜ ਕਤਲ ਕਰਕੇ ਵੀ ਕਿਸੇ ਮੰਤਰੀ ਨੂੰ ਸਜ਼ਾ ਨਹੀਂ ਹੋਈ ਤੇ ਮੰਤਰੀ ਦੇ ਮੁੰਡੇ ਇੱਥੇ ਬਲਾਤਕਾਰ ਤੱਕ ਕਰ ਦਿੰਨੇ ਆਂ ਇੰਡੀਆ ਦੇ ਵਿੱਚ ਸੋ ਬੁਰੇ ਹਾਲ ਹੈ ਹਹਾਕਾਰ ਮਚੀ ਹੋਈ ਹੈ ਤੁਸੀਂ ਹਿਸਾਬ ਲਾ ਲਓ ਕਿ ਸਿੱਖ ਰਾਤ ਦੇ ਵਿੱਚ ਕਿੰਨਾ ਤਕੜਾ ਨਿਆ ਪ੍ਰਬੰਧ ਹੁੰਦਾ ਸੀ ਸੋ ਉਹਨੂੰ ਸਜ਼ਾ ਭੁਗਤ ਨਹੀਂ ਪਈ ਜਦੋਂ ਸ਼ੇਰੇ ਪੰਜਾਬ ਨੂੰ ਇਹ ਗੱਲ ਦਾ ਪਤਾ ਲੱਗਿਆ ਗਵਰਨਰ ਸਾਬਰ ਮਲ ਦਾ ਜੇ ਇਹ ਇਨਸਾਫ ਉਹਨੂੰ ਪਤਾ ਲੱਗਿਆ ਕਿ ਉਹਨੇ ਆਪਣੇ ਪੁੱਤਰ ਨੂੰ ਹੀ ਸਜ਼ਾ ਦਿੱਤੀ ਸੋ ਉਹਦੇ ਉੱਪਰ ਸ਼ੇਰੇ ਪੰਜਾਬ ਬੜਾ ਪ੍ਰਸੰਨ ਹੋਇਆ ਤੇ ਉਹਨੂੰ ਬੜੀ ਇੱਜ਼ਤ ਤੇ ਜਾਗੀਰ ਵੀ ਬਖਸ਼ੀ ਸੀ ਸੋ ਇਹ ਸੀ ਨੇਆ ਨੇਆ ਦੀ ਵਰਤੋਂ ਬਾਰੇ ਆਪਾਂ ਕੁਝ ਹੋਰ ਉਦਾਹਰਨਾਂ ਵੀ ਦੰਨੇ ਤੁਹਾਨੂੰ ਹੁਕਮ ਸਿੰਘ ਚਿਮਨੀ ਸ਼ੇਰੇ ਪੰਜਾਬ ਦੇ ਅਤ ਪਿਆਰੇ ਸਰਦਾਰਾਂ ਵਿੱਚੋਂ ਉਜਾਗਰ ਸਰਦਾਰ ਸੀ ਇਹਦਾ ਕਹਿ ਲਈਏ ਭਈ ਸ੍ਰੀ ਖਾਲਸਾ ਰਾਜ ਦੀ ਉન્નਤੀ ਲਈ ਸੇਵਾ ਕਰਦਿਆਂ ਸ਼ਾਨਣੀ ਬਾਗ ਫੱਟਾਂ ਨਾਲ ਭਰਿਆ ਪਿਆ ਸੀ ਏ ਇਹ ਨਾ ਪ੍ਰਸਿੱਧ ਪ੍ਰਬੰਧਕ ਸੀ ਕਿ ਸ਼ਹਿਜਾਦਾ ਖੜਕ ਸਿੰਘ ਦੇ ਵਿਆਹ ਸਮੇ ਸਾਰਾ ਪ੍ਰਬੰਧ ਪ੍ਰਬੰਧ ਸੀ ਜਿਹੜਾ ਇਹਨੇ ਕੀਤਾ ਸੋ ਇਸ ਮਹਾਨ ਕਾਰਜ ਵਿੱਚ ਉਹ ਪੂਰੀ ਤਰ੍ਹਾਂ ਸਫਲ ਰਿਹਾ ਸੀ ਸੋ ਜੇ ਇੱਥੇ ਆਪ ਦੀਆਂ ਸਾਰੀਆਂ ਕੁਰਬਾਨੀਆਂ ਦੱਸੀਆਂ ਜਾਣ ਤੁਹਾਨੂੰ ਜਾਂ ਲਿਖੀਆਂ ਜਾਣ ਤਾਂ ਬਹੁਤ ਵੱਡੀ ਕਹਿ ਲਈਏ ਵੀ ਆਪਾਂ ਲਿਖ ਸਕਦੇ ਹਾਂ ਕਾਫੀ ਅ ਗੱਲਾਂ ਬੁੱਕ ਵਿੱਚ ਲਿਖੀ ਹੈ ਆਪਾਂ ਤਾਂ ਕਹਿ ਲਈ ਇੱਕ ਬੁੱਕ ਭਰ ਜੂਗੀ ਸੋ ਉਹਨੇ ਇੰਨਾ ਉੱਚਾ ਮਰਾਤਵਾ ਕਹਿ ਲਿਆ ਵੀ ਰੱਖਦੇ ਹੋਏ ਵੀ ਉਹਦੇ ਕੋਲੋਂ ਇੱਕ ਵਾਰੀ ਨਿਆਂ ਦੇ ਵਿੱਚ ਇੱਕ ਭੁੱਲ ਹੋ ਗਈ ਜਿਹਦੇ ਬਦਲੇ ਉਸਨੂੰ ਸਰਕਾਰ ਵੱਲੋਂ ਬੜੀ ਕਰੜੀ ਸਜ਼ਾ ਭੁਗਤਣੀ ਪਈ ਸੀ ਗੱਲ ਇਦਾਂ ਹੋਈ ਕਿ ਹਜ਼ਾਰੇ ਵਿੱਚ ਲਹਿੰਦੇ ਪੰਜਾਬ 'ਚ ਪੈਂਦਾ ਜਿਹੜਾ ਹਜ਼ਾਰੇ ਵਿੱਚ ਜਿੰਨਾ ਖਰੂਦੀਆਂ ਨੇ ਸਨ 1819 ਵਿੱਚ ਸਰਦਾਰ ਮੱਖਣ ਸਿੰਘ ਦੇ ਡੇਰੇ ਦੇ ਉੱਪਰ ਕਹਿ ਲਿਆ ਵੀ ਸ਼ਿਪ ਬੋਲ ਮਾਰ ਕੇ ਸਰਦਾਰ ਮੱਖਣ ਸਿੰਘ ਦੀ ਹੱਤਿਆ ਕੀਤੀ ਸੀ ਸਰਦਾਰ ਹੁਕਮ ਸਿੰਘ ਚਿਮਨੀ ਨੇ ਉਹਨਾਂ ਗਰੂਦੀਆਂ ਦੇ ਪਿੰਡਾਂ ਨੂੰ ਘੇਰ ਲਿਆ ਤੇ ਯੋਗ ਦੰਡ ਦਿੱਤਾ ਬਹੁਤੀ ਪੁੱਛ ਗਿਸ਼ ਤੋਂ ਪਤਾ ਲੱਗਾ ਕਿ ਇਸ ਸਾਰੇ ਰਾਮ ਰੋਲੇ ਦਾ ਮੇਨ ਜਿਹੜਾ ਬੰਦਾ ਉਹ ਸੈਦ ਖਾਨ ਨੰਬਰਦਾਰ ਕੋਟ ਹਸਨ ਅਲੀ ਵਾਲਾ ਸੀਗਾ ਏਸੇ ਦਿਨ ਸਰਦਾਰ ਹੁਕਮ ਸਿੰਘ ਨੇ ਕੋਟ ਪ੍ਰਤਾਵਾ ਕਰਕੇ ਸੈਦ ਖਾਨ ਨੂੰ ਫੜ ਲਿਆ ਸੋ ਇਹ ਤੋਂ ਬਾਅਦ ਸਰਦਾਰ ਚਿਮਨੀ ਨੇ ਇਲਾਕੇ ਵਿੱਚ ਮਨਿਆਦੀ ਕਰਵਾ ਕੇ ਇਹਦੇ ਦੋ ਮੁਖੀਆਂ ਤੋਂ ਆਮ ਲੋਕਾਂ ਦੇ ਸਾਹਮਣੇ ਇੱਕ ਖੁੱਲੇ ਮੈਦਾਨ ਵਿੱਚ ਸੈਦ ਖਾਨ ਨੂੰ ਫਾਂਸੀ 'ਤੇ ਲਟਕਾ ਦਿੱਤਾ ਤਾਂ ਜੋ ਅੱਗੇ ਨੂੰ ਕੋਈ ਇਹੋ ਜਿਹਾ ਵਿਸਾਹ ਕਾਤ ਕਰਨ ਦਾ ਅਪਰਾਧ ਨਾ ਕਰੇ ਸੋ ਜਿਵੇਂ ਕਿ ਹਰ ਕੋਈ ਜਾਣਦਾ ਕਿ ਸ਼ੇਰੇ ਪੰਜਾਬ ਦਾ ਦਰਬਾਰ ਫਰਿਆਦੀਆਂ ਲਈ ਸਦਾ ਖੁੱਲਾ ਰਹਿੰਦਾ ਸੀ ਸੈਦ ਖਾਨ ਦੇ ਸਬੰਧੀ ਮਹਾਰਾਜ ਦੇ ਹਿਜੂਰੀ ਵਿੱਚ ਪਹੁੰਚ ਗਏ ਸੋ ਇਹ ਕੁਰਾਨ ਚਰੀਪ ਆਪਣੇ ਨਾਲ ਲੈ ਕੇ ਆਏ ਇਨਾ ਇਹਦੇ ਪਰ ਸੰਗਤ ਖਾ ਕੇ ਮਹਾਰਾਜੇ ਨੂੰ ਯਕੀਨ ਦਿਵਾਤਾ ਕਿ ਸਰਦਾਰ ਹੁਕਮਾ ਸਿੰਘ ਨੇ ਬਿਨਾਂ ਪੂਰੀ ਖੋਜ ਪੜਤਾਲ ਤੇ ਸੈਦ ਖਾਨ ਨੂੰ ਆਪਣੀ ਜਾਤੀ ਰੰਜਿਸ਼ ਦੇ ਕਾਰਨ ਫਾਹੇ ਲਾਇਆ ਸੋ ਇਹਦੇ ਪਰਛੇਰੇ ਪੰਜਾਬ ਨੇ ਸਰਦਾਰ ਹੁਕਮਾ ਸਿੰਘ ਤੋਂ ਜਵਾਬ ਮੰਗਿਆ ਸਰਦਾਰ ਨੇ ਸਾਰੀ ਹਕੀਕਤ ਲਿਖ ਕੇ ਭੇਜੀ ਪਰ ਸੈਦ ਖਾਨ ਦੇ ਸਬੰਧੀਆਂ ਦੇ ਕੀਰਨਿਆਂ ਦੇ ਕਾਰਨ ਸੋ ਇਸ ਕਰਕੇ ਇੰਨੀ ਕਾਲੀ ਦੇ ਵਿੱਚ ਕਿਸੇ ਨੂੰ ਫਾਂਸੀ ਦੇਣੀ ਨਿਆਂ ਦੇ ਵਿਰੁੱਧ ਮਹਾਰਾਜੇ ਨੇ ਕਹਿ ਲੀਏ ਵੀ 1,25,000 ਰੁਪਇਆ ਚਿਮਨੀ ਸਰਦਾਰ ਦੀ ਜਗੀਰ ਵਿੱਚੋਂ ਕੱਟ ਕੇ ਖੂਨ ਬਹਾ ਦੇ ਤੌਰ ਪਰ ਸੈਦ ਖਾਨ ਦੇ ਸਬੰਧੀਆਂ ਨੂੰ ਦਵਾਇਆ ਕਰਕੇ ਉਹ ਬੜਾ ਹੀ ਉੱਗਾ ਸਰਦਾਰ ਸੀ ਉਸ ਸਮੇਂ ਛੇਰੇ ਪੰਜਾਬ ਦਾ ਰਾਜ ਦਾ ਜਿਹੜਾ ਕਿ ਬੜੇ ਖਾਲਸੇ ਰਾਜ ਲਈ ਜਿਹਨੇ ਬੜੀਆਂ ਆਪਣੇ ਥਰੀ ਤੇ ਜ਼ਖਮ ਖਾਦੇ ਉਹਨੂੰ ਵੀ ਕਹਿ ਲੀਏ ਵੀ ਛੇਰੇ ਪੰਜਾਬ ਨੇ ਬਖਸ਼ਿਆ ਨਿਆ ਦੇ ਮਾਮਲੇ ਦੇ ਵਿੱਚ ਸੋ ਇੱਕ ਉਦਾਹਰਨ ਜੇ ਆਪਾਂ ਹੋਰ ਦਈਏ ਤੁਹਾਨੂੰ ਜਰਨਲ ਅਬੂ ਤਬੇਲ ਇੱਕ ਇਹ ਸੀਗਾ ਜੀ ਯੂਨਾਨੀ ਜਾਂ ਮੇਰੇ ਖਿਆਲ ਵਿਚ ਫ੍ਰਾਂਸੀਸੀ ਅਫਸਰ ਸੀਗਾ ਛੇਰੇ ਪੰਜਾਬ ਦਾ ਸੋ ਉਹ ਸਰਹੱਦੀ ਸੂਬੇ ਦੇ ਗਵਰਨਰ ਗਵਰਨਰ ਸੀਗਾ ਉਹ ਸੋ ਇਸ ਇਲਾਕੇ ਦੇ ਵਸਨੀਕ ਬੜੇ ਸੀਨਾਜੋਰ ਹੁੰਦੇ ਸਨ ਜਿੱਥੇ ਉਹ ਗਵਰਨਰ ਸੀ ਗਵਰਨਰ ਨੇ ਆਪਣੀ ਸਮਝ ਅਨੁਸਾਰ ਥੋੜੇ ਦਿਨਾਂ ਵਿੱਚ ਕਈ ਆਦਮੀਆਂ ਨੂੰ ਉੱਥੇ ਫਾਂਸੀ ਦੀਆਂ ਸਜ਼ਾਵਾਂ ਦੇਤੀਆਂ। ਮਹਾਰਾਜਾ ਰਣਜੀਤ ਸਿੰਘ ਨੂੰ ਜਦ ਅਬੂ ਤਵੇਲਾ ਦੀ ਕਾਰਗਜ਼ਾਰੀ ਦੀ ਰਿਪੋਰਟ ਪਹੁੰਚੀ ਤਾਂ ਆਪ ਨੇ ਇੱਕ ਜ਼ਰੂਰੀ ਫਰਮਾਨ ਦੁਆਰਾ ਉਸ ਤੋਂ ਮੌਤ ਦੀ ਸਜ਼ਾ ਦੇਣ ਦੇ ਸਾਰੇ ਅਧਿਕਾਰ ਖੋਲੇ। ਅਤੇ ਹੁਕਮ ਦਿੱਤਾ ਕਿ ਅੱਗੇ ਨੂੰ سنگੀਨ ਜੁਰਮ ਦੇ ਮੁਕੱਦਮੇ ਉਹ ਇਕੱਲਾ ਨਾ ਸੁਣਿਆ ਕਰੇ ਸਗੋਂ ਆਪਣੇ ਨਾਲ ਸਲਾਹਕਾਰ ਕਾਉਂਸਲ ਮਿਲਾ ਕੇ ਫੈਸਲੇ ਦਿੱਤੇ ਜਾਇਆ ਕਰਨ ਅੱਗੇ ਨੂੰ ਸੋ ਇਸ ਸਾਰੇ ਨਿਆਂ ਬਾਰੇ ਅੱਖੀਂ ਰਿੱਠੀ ਗਵਾਹੀ ਸਰ ਹੈਨਰੀ ਡਾਰਬਨ ਦੀ ਹੈ ਜੋ ਲਿਖਦਾ ਕਿ ਮੈਂ ਅੱਜ ਅਬੂਤ ਅਬੂਤ ਬੇਲਾ ਨੂੰ ਪਸ਼ਾਵਰ ਵਿੱਚ ਮਿਲਣ ਗਿਆ ਤਾਂ ਉਹ ਉਸ ਸਮੇਂ ਕਾਉਂਸਲ ਨਾਲ ਮਿਲ ਕੇ ਮੁਕੱਦਮਾ ਸੁਣ ਰਿਹਾ ਸੀ ਸੋ ਇਸ ਕਾਉਂਸਲ ਵਿੱਚ ਦੋ ਸਿੱਖ ਦੋ ਮੁਸਲਮਾਨ ਦੋ ਹਿੰਦੂ ਸ਼ਾਮਲ ਸਨ ਗਵਰਨਰ ਪਸ਼ਾਵਰ ਦੇ ਅਧਿਕਾਰ ਘਟਾਉਣ ਦੇ ਨਾਲ ਹੀ ਜਿਹਾ ਕਿ ਯਕਮ ਬਾਰੇ ਆਪਨੇ ਤੁਹਾਨੂੰ ਦੱਸਿਆ ਪਿੱਛੇ ਕਿ ਪ੍ਰਾਹ ਦਾ ਪ੍ਰਸਿੱਧ ਵਿਦਵਾਨ ਖਾਲਸਾ ਰਾਜ ਸਮੇਂ ਸਨ 1831 ਦੇ ਵਿੱਚ ਵੀ ਆਇਆ ਸੀ ਉਹਨੇ ਇੱਥੇ ਦੀ ਹਕੂਮਤ ਦੇ ਤਰੀਕੇ ਨੂੰ ਵੇਖਿਆ ਤੇ ਆਪਣੇ ਖੱਤਾਂ ਵਿੱਚ ਬੜਾ ਕੁਝ ਲਿਖਿਆ ਇਹਦੇ ਬਾਰੇ ਸੋ ਇੱਥੋਂ ਦੀਆਂ ਅਦਾਲਤਾਂ ਵਿੱਚ ਕਹਿ ਦਈਏ ਵੀ ਨਿਆਂ ਦੀ ਵਰਤੋਂ ਬਾਰੇ ਉਹ ਆਪਣੀ ਲਿਖਤ ਵਿੱਚ ਕੁਝ ਉਦਾਹਰਨਾਂ ਦਿੰਦਾ ਉਹ ਕਹਿੰਦਾ ਕਿ ਇੱਥੋਂ ਦੇ ਇੱਕ ਅਦਾਲਤ ਦੇ ਸਾਹਮਣੇ ਇੱਕ ਫਰਿਆਦੀ ਨੇ ਆ ਕੇ ਫਰਿਆਦ ਕੀਤੀ ਕਿ ਉਹਦੇ ਗਵਾਂਢੀ ਨੇ ਆਪਣੇ ਘਰ ਦੀ ਛੱਤ ਪਰ ਦੂਜੀ ਛੱਤ ਮੇਰੀ ਬਿਨਾਂ ਮੇਰੀ ਮਰਜ਼ੀ ਤੇ ਉਸਾਰ ਲਈ ਅਤੇ ਮੇਰੇ ਘਰ ਦੇ ਪਾਸੇ ਸਾਰੀਆਂ ਕਹਿ ਲਈਏ ਬਾਰੀਆਂ ਰੱਖ ਲੀਆਂ ਨੇ ਜਿਨ੍ਹਾਂ ਨਾਲ ਮੇਰੀ ਬੇਪੜਦੀ ਹੁੰਦੀ ਹੈ ਪਰਦਾ ਨਹੀਂ ਰੈਂਦਾ ਮਤਲਬ ਹਾਕਮ ਨੇ ਜਾ ਕੇ ਮੌਕਾ ਦੇਖਿਆ ਅਤੇ ਜਿਹੜੀਆਂ ਬਾਰੀਆਂ ਬਾਰੇ ਸ਼ਿਕਾਇਤ ਸੀ ਉਹ ਬੰਦ ਕਰਵਾ ਦਿੱਤੀਆਂ ਦੂਜਾ ਇੱਕ ਹੋਰ ਗਰੀਬ ਆਦਮੀ ਨੇ ਆ ਕੇ ਫਰਿਆਦ ਕੀਤੀ ਉਹ ਲਿਖਦਾ ਕਿ ਸ਼ਹਿਰ ਦੇ ਇੱਕ ਵਸਨੀਕ ਨੇ ਆਪਣੀ ਕੰਨਿਆ ਦਾ ਨਾਤਾ ਮੇਰੇ ਪੁੱਤ ਨਾਲ ਕਰਨ ਦਾ ਵਚਨ ਕੀਤਾ ਸੀ ਹੁਣ ਉਹ ਬਿਨ ਕਿਸੇ ਕਾਰਨ ਦੇ ਪੂਰਾ ਕਰਨ ਤੋਂ ਇਨਕਾਰੀ ਹੋ ਗਿਆ ਤੇ ਕਾਰਦਾਰ ਨੇ ਉਹਨਾਂ ਦੇ ਕੌਮੀ ਰਵਾਜ ਅਨੁਸਾਰ ਫੈਸਲਾ ਉਹਦੇ ਹੱਕ 'ਚ ਦਿੱਤਾ ਸੋ ਬਹੁਤ ਸਾਰੀਆਂ ਉਦਾਹਰਨਾਂ ਨੇ ਇਦਾਂ ਦੀਆਂ ਨੇਆਂ ਦੇ ਵਿੱਚ ਕਹਿ ਲਈਏ ਵੀ ਜਿਵੇਂ ਆਪਾਂ ਕਹਿੰਦੇ ਨਾ ਕਿ ਬਾਹਲੇ ਮੁਲਕਾਂ ਦੇ ਵਿੱਚ ਰੂਲ ਬੜੇ ਸਖਤ ਨੇ ਕਾਨੂੰਨ ਬੜਾ ਸਖਤ ਹੈ ਸੋ ਮੈਂ ਸਮਝਦਾ ਕਿ ਉਸ ਸਮੇਂ ਦੇ ਵਿੱਚ ਖਾਲਸੇ ਰਾਤ ਦੇ ਜੋ ਨਿਆ ਪ੍ਰਬੰਧ ਸੀਗੇ ਇਨਸਾਫ ਹੁੰਦਾ ਸੀ ਤਾਂ ਉਹ ਗੋਰਿਆਂ ਨਾਲੋਂ ਵੀ ਕਿਤੇ ਬਿਹਤਰ ਸੀਗਾ ਸੋ ਬਹੁਤ ਵੱਡੀ ਗੱਲ ਹੈ। ਸੋ ਇਹ ਸੀ ਅੱਜ ਦੀ ਵੀਡੀਓ। ਅਗਲੀ ਵੀਡੀਓ ਵਿੱਚ ਆਪਾਂ ਹੋਰ ਦਿਲਚਸਪ ਜਾਣਕਾਰੀ ਲੈ ਕੇ ਆਵਾਂਗੇ ਖਾਲਸੇ ਰਾਜਨ ਜੁੜੀ ਹੋਈ ਤੇ ਉਰੋ ਤੱਕ ਦਿਓ ਆਗਿਆ ਤੇ ਚੈਨਲ ਨੂੰ ਜਰੂਰ ਸ਼ੇਅਰ ਕਰਿਆ ਕਰੋ ਗਰੁੱਪਾਂ ਦੇ ਵਿੱਚ WhatsApp ਤੇ Facebook ਤੇ ਵੀ ਠੀਕ ਹੈ ਜੀ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਰੋ ਤੱਕ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।